परनीत, मैं इस घर का फैमिली मेंबर हां। जे इस गल ते विश्वास नहीं तो राशन कार्ड दिखावा। मैं कदों मना किता है? बल्कि तुसी ते घर दे ओ मेंबर हो जेड़ा लुकोया भी नहीं जा सकदा। जे मैं इस घर का मेंबर हां तो क्यों मेरे मैसेज करन तो बाद भी मेरी मनपसंद सब्जी नहीं बनती? मनपसंद सब्जी इंपोर्टेंट है के हेल्थ इंपोर्टेंट है? लगता सारी सब्जियां वाली हेल्थ आलू च शिफ्ट हो गई है। जो तो देखो आलू मटर आलू बैंगन वो इतना आलू पौनी है कि मैं आप आलू वर्गा लगन लग गया ना। हूं मैं शिमला मिर्च च बैंगन या भिंडियां पा दिया करा। हूं जिस च आलू पैंदा मैं उस च आलू ही यूज करूंगी ना। इतना आलू ਹੁਣ ਜੇ ਮੈਂ ਸਬਜ਼ੀ ਵੇਚਣ ਵਾਲੀ ਰੇੜੀ ਦੇ ਕੋਲੋਂ ਵੀ ਲੰਘਦਾ ਨਾ ਤਾਂ ਰੇੜੀ ਵਾਲਾ ਮੈਨੂੰ ਆਲੂ ਤੇ ਸਕੀਮ ਦੇਣਾ ਸ਼ੁਰੂ ਕਰ ਦਿੰਦਾ। ਤੁਹਾਨੂੰ ਕੀ, ਜੋ ਮਰਜ਼ੀ ਸਬਜ਼ੀ ਬਣੇ, ਸ਼ਾਮ ਨੂੰ ਜਦੋਂ ਤੁਸੀਂ ਪੀ ਕੇ ਆਨੇ ਹੋ ਤੁਹਾਡੇ ਲਈ ਕੱਦੂ ਵੀ ਉਦਾਂ ਦਾ, ਪਨੀਰ ਵੀ ਉਦਾਂ ਦਾ। ਇੰਨਾ ਵੀ ਸ਼ਰਾਬੀ ਨਹੀਂ ਹੁੰਦਾ ਕਿ ਮੈਨੂੰ ਹੋਸ਼ ਨਾ ਰਹੇ। ਕਦੇ ਤੈਨੂੰ ਪੀ ਕੇ ਕਿਹਾ ਕਿ ਤੂੰ ਬਹੁਤ ਸੋਹਣੀ ਆ। ਅੱਛਾ, ਜੇ ਇਹ ਗੱਲ ਹੈ ਫਿਰ ਇਹ ਦੱਸੋ ਰਾਤ ਕੀ ਬਣਿਆ ਸੀ? ਰਾਤ ਗਈ ਬਾਤ ਗਈ, ਪਰ ਮੈਨੂੰ ਇਹ ਪੱਕਾ ਪਤਾ ਕਿ ਉਹ ਨਹੀਂ ਖਾਦਾ ਜੋ ਮੈਂ ਤੈਨੂੰ ਮੈਸੇਜ ਕੀਤਾ ਸੀ। ਤੁਹਾਨੂੰ ਸਲਾਹ ਦੇਣੀ ਹੈ, ਤੁਸੀਂ ਮੈਸੇਜ ਤੇ ਡਾਈਟ ਦੋਨੋਂ ਹੀ ਕੱਟ ਕਰੋ, ਦੇਖੋ ਫਿਰ ਸਭ ਚੰਗਾ ਹੀ ਚੰਗਾ ਹੋ। ਚੰਗਾ ਤਾਂ ਹੋ ਜੇ ਅੱਜ ਘਰ 'ਚ ਪੱਤਾ ਗੋਭੀ ਬਣੋ। ਸਾਲਾ ਮੈਂ ਤਾਂ ਟੇਸਟ ਹੀ ਭੁੱਲ ਗਿਆ। ਆਲੂ ਤਾਂ ਫਿਰ ਪੱਤਾ ਗੋਭੀ 'ਚ ਵੀ ਪੈਂਦਾ ਹੀ ਹੈ ਨਾ। ਆਲੂ ਨਹੀਂ ਹੋ ਗਿਆ ਸਾਲਾ, ਟੈਕਸ ਹੋ ਗਿਆ, ਹਰ ਚੀਜ਼ ਤੇ ਲੱਗੂ ਹੀ ਲੱਗੂ। ਮੇਰਾ ਮੰਨਣਾ ਹੈ ਕਿ ਘਰ 'ਚ ਬਾਰੀ ਬਾਰੀ ਹਰ ਫੈਮਿਲੀ ਮੈਂਬਰ ਦੇ ਪਸੰਦ ਦਾ ਖਾਣਾ ਬਣਨਾ ਚਾਹੀਦਾ ਹੈ। ਆ ਕੀਤੀ ਹੈ ਜੰਮਣ ਤੋਂ ਬਾਅਦ ਪਹਿਲੀ ਸਿਆਣੀ ਗੱਲ। ਫਿਰ ਇਸ ਘਰ ਦੀ ਮੇਨ ਮੈਂਬਰ ਤਾਂ ਮੈਂ ਹੀ ਹਾਂ ਨਾ, ਬਾਕੀ ਤੁਸੀਂ ਆਪ ਸਮਝਦਾਰ ਹੋ। ਨਾ ਨਾ, ਮੈਂ ਕਿੱਥੇ, ਇਸ ਹਿਸਾਬ ਨਾਲ ਤਾਂ ਤੂੰ ਜ਼ਿਆਦਾ ਸਮਝਦਾਰ ਹੈ, ਨਾਲੇ ਤੂੰ ਫੈਮਿਲੀ ਮੈਂਬਰ ਘੱਟ ਤੇ ਲੜਾਈ ਦੀ ਜੜ ਵਾਲੀ ਹੈ। ਅੱਛਾ, ਜੇ ਮੈਂ ਲੜਾਈ ਦੀ ਜੜ ਹੈ ਨਾ ਤਾਂ ਤੁਸੀਂ ਬੜੇ ਸ਼ਾਂਤੀ ਦੇ ਦੂਤ ਹੋ। ਯਾਰ ਇਹੀ ਗੱਲ ਤਾਂ ਮੈਨੂੰ ਸਾਰੇ ਕਹਿੰਦੇ ਆ, ਸ਼ਾਂਤੀ ਦੇ ਦੂਤ ਵਾਲੀ। ਕਿਹੜੇ ਸਾਲ ਦੀ ਗੱਲ ਹੈ ਜਦੋਂ ਤੁਹਾਨੂੰ ਸ਼ਾਂਤੀ ਦਾ ਦੂਤ ਕਹਿੰਦੇ ਸੀ? ਅਜੇ ਕੱਲ ਦੀ ਉਹ ਗੱਲ ਆ, 24 ਘੰਟੇ ਵੀ ਨਹੀਂ ਹੋਏ। ਜਾਂ ਤਾਂ ਫਿਰ ਉਹ ਅੰਨੇ ਹੈ ਜਾਂ ਫਿਰ ਬਹੁਤ ਘਟੀਆ ਤੇ ਸਸਤੀ ਸ਼ਰਾਬ ਪੀਂਦੇ ਹੈ। ਨਾ ਹੀ ਉਹ ਅੰਨੇ ਨੇ ਨਾ ਹੀ ਉਹ ਸਸਤੀ ਸ਼ਰਾਬ ਪੀਂਦੇ ਨੇ, ਮੇਰੇ ਨਾਲ ਬੈਠ ਕੇ ਪੀਂਦੇ ਨੇ। ਅਗਲੇ ਨੂੰ ਫ੍ਰੀ ਦੀ ਦਾਰੂ ਡੱਫਣ ਨੂੰ ਮਿਲਦੀ ਹੈ, ਉਹ ਤਾਂ ਤੁਹਾਨੂੰ ਟਾਈਗਰ ਸ਼ਰਾਬ ਵੀ ਕਹਿ ਸਕਦੇ ਹੈ। ਸਿਆਣੇ ਕਹਿੰਦੇ ਆ ਬੰਦਾ ਸ਼ਰਾਬ ਪੀ ਕੇ ਸੱਚ ਬੋਲਦਾ। ਇੱਕ ਵਾਰ ਨਾ ਉਹਨਾਂ ਤੋਂ ਸ਼ਰਾਬ ਮੰਗਾ ਕੇ ਦੇਖਿਓ, ਇਹੋ ਜਿਹਾ ਸੱਚ ਬੋਲਣਗੇ ਨਾ ਤੁਹਾਨੂੰ ਸੱਚ ਤੋਂ ਨਫ਼ਰਤ ਹੋ ਜੂਗੀ। ਜੇ ਬੰਦੇ ਨੂੰ ਘਰ 'ਚ ਨਾ ਚੈਨ ਮਿਲੇ ਨਾ ਪਸੰਦ ਦੀ ਸਬਜ਼ੀ ਮਿਲੇ ਤਾਂ ਬੰਦਾ ਤਾਂ ਪੀਊਗਾ ਹੀ ਨਾ। ਮੈਨੂੰ ਵੀ ਤਾਂ ਕਿੰਨੇ ਦੁੱਖ ਹੈ, ਹੁਣ ਸ਼ਾਮ ਨੂੰ ਮੈਂ ਪਊਆ ਖੋਲ ਕੇ ਬਹਿ ਜਾ ਕਰਾਂ। ਉਹ ਜਨਾਨੀਆਂ ਨੂੰ ਕਿਸ ਗੱਲ ਦਾ ਦੁੱਖ ਹੁੰਦਾ, ਬਸ ਇਸੇ ਗੱਲ ਤੇ ਦੁਖੀ ਰਹਿੰਦੀਆਂ ਕਿ ਫਲਾਣੀ ਨੇ ਸੂਟ ਵਧੀਆ ਲੈ ਲਿਆ, ਧਮਕਾਣੀ ਨੇ ਸੂਟ ਵਧੀਆ ਪਾ ਲਿਆ। ਤੇ ਬੰਦੇ ਵੀ ਤਾਂ ਆਰਡਰ ਕਰ ਦਿੰਦੇ, ਐ ਨਹੀਂ ਖਾਣਾ ਉਹ ਖਾਣਾ ਤੇ ਸਾਰੇ ਟੱਬਰ ਨੂੰ ਨਾਲ ਤੁਰਨਾ ਪੈਂਦਾ। ਥੱਕਿਆ ਹਾਰਿਆ ਬੰਦਾ ਜਦ ਘਰ ਆਉਂਦਾ ਤਾਂ ਆਪਣੀ ਮਰਜ਼ੀ ਦੀ ਸਬਜ਼ੀ ਵੀ ਨਹੀਂ ਖਾ ਸਕਦਾ। ਤੁਹਾਡੇ ਬੰਦਿਆਂ ਦਾ ਆਹੀ ਹਾਲ ਹੈ, ਵਿਆਹ ਦੇ 10 ਸਾਲ ਮਗਰੋਂ ਨਾ ਜਨਾਨੀ ਚੰਗੀ ਲੱਗਦੀ ਹੈ ਨਾ ਉਹਦੇ ਹੱਥ ਦੀ ਬਣਾਈ ਸਬਜ਼ੀ। ਕੀ ਕਮੀ ਹੁੰਦੀ ਹੈ ਸਬਜ਼ੀ 'ਚ? ਯਾਰ ਦਾਲ ਚਾਲੂ, ਸਾਗ ਚਾਲੂ, ਇੱਥੋਂ ਤੱਕ ਕਿ ਮੀਟ ਚਾਲੂ ਕੌਣ ਪਾਉਂਦਾ? ਘਰ 'ਚ ਬੜੋ ਫੈਮਿਲੀ ਮੈਂਬਰ ਬਾਅਦ 'ਚ ਮਿਲਦਾ, ਸਾਲਾ ਆਲੂ ਪਹਿਲਾਂ ਮਿਲਦਾ। ਜੇ ਆਲੂ ਨਹੀਂ ਪਸੰਦ ਚਮਚਾ ਨਾਲ ਬਾਹਰ ਕੱਢਦਾ ਕਰੋ, ਜੇ ਸ਼ਾਮ ਨੂੰ ਦਿਖਦਾ ਹੋਵੇ ਤਾਂ। ਸ਼ਾਮ ਨੂੰ ਨਾ ਦੇਖਣ ਨੂੰ ਕਿਵੇਂ ਆਪਣੀ ਅੱਖਾਂ ਫ੍ਰਿਜ 'ਚ ਰੱਖ ਦਿੰਦਾ? ਅੱਖਾਂ ਨਹੀਂ ਦਿਮਾਗ ਬਨੇਰੇ ਤੇ ਰੱਖ ਦਿੰਦੇ ਹੋ ਸ਼ਾਮ ਨੂੰ। ਹੈਗਾ ਤਾਂ ਹੀ ਕਿਤੇ ਰੱਖਦਾ ਨਾ, ਤੇਰੇ ਵਾਂਗੂ ਨਹੀਂ ਕਿ ਛੋਟੇ ਹੁੰਦੇ ਕਿਤੇ ਰੱਖ ਕੇ ਭੁੱਲ ਗਈ, ਅਜੇ ਤੱਕ ਬਿਨਾਂ ਦਿਮਾਗ ਤੋਂ ਹੀ ਤੁਰੀ ਫਿਰਦੀ ਆ। ਜੇ ਦਿਮਾਗ ਹੈ ਨਹੀਂ ਨਾ ਤਦੇ ਇੱਥੇ ਟਿੱਕੀ ਹੋਈ ਹੈ, ਨਹੀਂ ਤਾਂ ਕਦੋਂ ਦੀ ਤਿਗੜਮ ਲਾ ਕੇ ਫੁਰ ਹੋ ਜਾਂਦੀ। ਕਾਸ਼ ਤੂੰ ਫੁਰ ਹੋ ਜਾਂਦੀ, ਮੈਂ ਆਪਣੀ ਮਰਜ਼ੀ ਦੀ ਸਬਜ਼ੀ ਤਾਂ ਖਾ ਲੈਂਦਾ।